ਕੈਨੇਡਾ ਤੇ ਇੰਡੀਆ ਦਾ ਜਿਹੜਾ ਮਾਮਲਾ ਬਹੁਤ ਤਲਖ ਗਿਆ ਹੈਗਾ ਤੇ ਇਹਦੇ ਵਿੱਚ ਲਾਰੈਂਸ ਬਸ਼ਨੋਈ ਦਾ ਵੀ ਕਿਤੇ ਨਾ ਕਿਤੇ ਤਾਰਾਂ ਮਿਲ ਰਹੀਆਂ ਅਖਬਾਰ ਦਾ ਬਹੁਤ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਇੰਡੀਆ ਦੀ ਸਰਕਾਰ ਲਾਰੈਂਸ ਬਸ਼ਨੋਈ ਤੋਂ ਕੰਮ ਕਢਵਾ ਰਹੀ ਹੈ ਬਿਲਕੁਲ ਬੱਟਸਪ ਬਹੁਤ ਵੱਡੇ ਖੁਲਾਸੇ ਕੀਤੇ ਹੈ ਯੂ ਐਸ ਦੀ ਇੱਕ ਵੱਡੀ ਅਖਬਾਰ ਹੈ ਦਾ ਵਿਸ਼ਿੰਗਟਨ ਪੋਸਟ ਨੇ ਇੱਕ ਹੈਰਾਨੀਗੁਨ ਰਿਪੋਰਟ ਇਹਨਾਂ ਨੇ ਛਾਪੀ ਹੈ ਜਿਦੇ ਵਿੱਚ ਬਹੁਤ ਸਾਰੇ ਤੱਥ ਇਹੋ ਜਿਹੇ ਨੇ ਜਿਹੜੇ ਧਿਆਨ ਮੰਗਦੇ ਨੇ ਇਦੇ ਵਿੱਚ ਤਿੰਨ ਚਾਰ ਚੀਜ਼ਾਂ ਨੇ ਜੀ ਇੱਕ ਬ੍ਰਾਟ ਸਾਹਿਬ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਸੀ ਆਰਸੀਐਮਪੀ ਨੇ ਆਰਸੀਐਮਪੀ ਨੇ ਵੀ ਖੁੱਲ ਕੇ ਨਾਮ ਲੈ ਦਿੱਤਾ ਸੀਗਾ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਕਿ ਕਿਵੇਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਕੋਲੇ ਡਾਟਾ ਜਾ ਰਿਹਾ ਹੈ ਉਹਨਾਂ ਨੇ ਵੀ ਸਿੱਧੇ ਤੌਰ ਤੇ ਇੰਡੀਅਨ ਅਫੀਸ਼ੀਅਲਸ ਨੂੰ ਅਕਿਊਜ਼ ਕੀਤਾ ਸੀਗਾ ਕਿ ਇੰਡੀਅਨ ਜਿਹੜੇ ਕੁਝ ਡਿਪਲੋਮੈਟ ਹੈਗੇ ਆ ਕੋਈ ਅਫੀਸ਼ੀਅਲ ਹੈਗੇ ਆ ਉਹ ਕਹਿੰਦੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੀ ਖਾਸ ਤੌਰ ਤੇ ਜਿਹੜੇ ਸੈਪਰੇਟਿਸਟ ਮੂਵਮੈਂਟ ਦੇ ਨਾਲ ਸੰਬੰਧਿਤ ਸਿੱਖ ਭਾਈਚਾਰੇ ਦੇ ਲੋਕ ਹੈ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਦਿੰਦੀ ਹੈ ਤੇ ਉਹਨਾਂ ਦੇ ਥਰੂ ਕੰਮ ਕਢਵਾ ਰਹੀ ਹੈ ਆਰਸੀਐਮਪੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਬ੍ਰਾਟਸਾਬੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਇਸ ਵੇਲੇ 12 ਐਕਟਿਵ ਸਿੱਖ ਲੀਡਰ ਹੈਗੇ ਆ ਜਿਹੜੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਕਹਿੰਦੇ ਅਸੀਂ ਕਿਸੇ ਵੀ ਕਿਸਮ ਦਾ ਸਿਕਿਉਰਿਟੀ ਕੰਪਰੋਮਾਈਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰਾ ਕੁਝ ਆਪਣੇ ਤੌਰ ਤੇ ਕਰ ਰਹੇ ਸੀ ਇਹਦੇ ਬਾਵਜੂਦ ਜਿਹੜੇ ਇੰਡੀਅਨ ਅਫੀਸ਼ੀਅਲਸ ਆ ਉਹ ਕਿਤੇ ਨਾ ਕਿਤੇ ਹੈਲਪ ਕਰ ਰਹੇ ਸੀ ਦੂਸਰੀ ਗੱਲ ਜਿਹੜੀ ਬ੍ਰਾਟਸਾਬ ਦਾ ਵਸ਼ਿੰਟਨ ਪੋਸਟ ਨੇ ਛਾਪੀ ਉਹਦੇ ਵਿੱਚ ਬੜਾ ਕਲੀਅਰ ਸ਼ਬਦਾਂ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਇੱਕ ਵੱਡੇ ਲੀਡਰ ਦਾ ਨਾਮ ਲਿਆ ਉਹਨਾਂ ਨੇ ਕਿਹਾ ਕਿ ਕੈਨੇਡਾ ਦੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇੰਡੀਅਨ ਡਿਪਲੋਮੈਟਸ ਦੀਆਂ ਕਾਲਸ ਇੰਟਰਸੈਪਟ ਕੀਤੀਆਂ ਸੀ ਉਹਨਾਂ ਦੇ ਕੋਲੇ ਡਾਟਾ ਸੀਗਾ ਉਹਨਾਂ ਨੇ ਇੰਡੀਆ ਦੇ ਸੀਨੀਅਰ ਅਫੀਸ਼ੀਅਲਸ ਸੀਨੀਅਰ ਲੀਡਰ ਤੇ RAW ਦੇ ਏਜੰਟਸ ਦੇ ਉੱਤੇ ਦੋਸ਼ ਲਾਇਆ ਇਹ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਫੋਰਮੇਸ਼ਨ ਇੰਡੀਅਨ ਡਿਪਲੋਮੈਟ ਹੈਗੇ ਉੱਥੇ ਸ਼ੇਅਰ ਕਰਦੇ ਸੀ ਤੇ ਉਥੋਂ थर्ड पार्टी सोर्स ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਸ਼ੋਜ਼ ਦੇ ਵਿੱਚ ਗੱਲ ਕੀਤੀ ਹੈ ਕਿ ਜਦੋਂ ਕਿਸੇ ਸਰਕਾਰ ਨੇ ਆਪਣਾ ਨਾਮ ਬਚਾਉਣਾ ਹੋਵੇ ਪਰ ਕੰਮ ਕਢਾਉਣਾ ਹੋਵੇ ਉਦੋਂ थर्ड पार्टी ਬੰਦੇ ਹਾਇਰ ਕਰ ਲਏ ਜਾਂਦੇ ਆ ਸੋ ਹੁਣ RCMP ਉਹਨਾਂ ਦਾ ਵੀ ਇਹੀ ਦਾਵਾ ਹੈ ਤੇ ਦਾਵਾ ਵਸ਼ਿੰਗਟਨ ਪੋਸਟ ਦਾ ਵੀ ਇਹੀ ਦਾਵਾ ਹੈ ਕਿ ਲੌਰੈਂਸ ਬਿਸ਼ਨੋਈ ਗੈਂਗ ਨੂੰ ਯੂਜ਼ ਕੀਤਾ ਗਿਆ ਇਹਨਾਂ ਦੇ ਥਰੂ ਇਹ ਕੰਮ ਕਢਵਾਇਆ ਗਿਆ ਉਹ ਕਹਿੰਦੇ ਕਿ ਜਿਹੜਾ ਪਿਛਲੇ ਸਾਲ ਭਾਈ ਹਰਦੀਪ ਸਿੰਘ ਨਿਜਰ ਹੋਰਾਂ ਦੀ ਅਸੈਸੀਨੇਸ਼ਨ ਦਾ ਮਾਮਲਾ ਹੈ ਉਦੇ ਵਿੱਚ ਵੀ ਇਹ ਜਿਹੜਾ ਕੰਮ ਹੈ ਥਰਡ ਪਾਰਟੀ ਦੇ ਥਰੂ ਇਹਨਾਂ ਨੇ ਕਰਵਾਇਆ ਇੱਕ ਚੀਜ਼ ਹੋਰ ਬਰਾੜ ਸਾਹਿਬ ਕਹਿੰਦੇ ਬਹੁਤ ਹਾਈ ਪ੍ਰੋਫਾਈਲ ਇੱਕ ਸੀਕ੍ਰੇਟ ਮੀਟਿੰਗ ਹੋਈ ਹੈ ਸ਼ਨੀਵਾਰ ਨੂੰ ਸੈਟਰਡੇ ਵਾਲੇ ਦਿਨ ਇਹ ਮੀਟਿੰਗ ਸਿੰਗਾਪੁਰ ਦੇ ਵਿੱਚ ਹੋਈ ਹੈ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਕੈਨੇਡਾ ਦੇ ਸਿਕਿਉਰਿਟੀ ਐਡਵਾਈਜ਼ਰ ਨੈਟਲੀ ਡਰੋਇਨਨ ਇਹਨਾਂ ਦੇ ਵਿੱਚ ਇਹ ਬੜੀ ਹਾਈ ਪ੍ਰੋਫਾਈਲ ਬੜੀ ਹਾਈਲੀ ਸੀਕ੍ਰੇਟ ਮੀਟਿੰਗ ਹੋਈ ਹੈ ਸਿੰਗਾਪੁਰ ਦੇ ਵਿੱਚ ਇਹਦੇ ਵਿੱਚ ਡਿਪਟੀ ਫੋਰਨ ਮਿਨਿਸਟਰ ਆਫ ਕੈਨੇਡਾ ਡੇਵਿਡ ਮੋਰਿਸਨ ਵੀ ਸ਼ਾਮਿਲ ਸੀਗੇ ਆਰਸੀਐਮਪੀ ਦੇ ਸੀਨੀਅਰ ਆਫੀਸਰ ਵੀ ਸ਼ਾਮਿਲ ਸੀਗੇ ਇਹਦੇ ਵਿੱਚ ਵੀ ਕਹਿੰਦੇ ਇਹੀ ਪਹਿਲੂ ਜਿਹੜੇ ਸੀਗੇ ਇਹਨਾਂ ਦੇ ਉੱਤੇ ਡਿਸਕਸ਼ਨ ਹੋਈਆਂ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕਿਸ ਤਰੀਕੇ ਨਾਲ ਡਿਫਰੈਂਸਸ ਵਧੇ ਇੱਕ ਦੂਜੇ ਦੇ ਜਿਹੜੇ ਡਿਪਲੋਮੈਟਸ ਆ ਉਹ ਐਕਸਪੈਲ ਕਰ ਦਿੱਤੇ ਗਏ ਇਹ ਮੀਟਿੰਗ ਬ੍ਰਾਟਸਪ ਕੋਈ ਅੱਧਾ ਘੰਟਾ ਪੌਣਾ ਘੰਟੇ ਲਈ ਨਹੀਂ ਚੱਲੀ ਵਸ਼ਿੰਗਟਨ ਪੋਸਟ ਦੇ ਮੁਤਾਬਕ ਕਟੋ-ਕਟ 5 ਘੰਟੇ ਇਸ ਮੁੱਦੇ ਦੇ ਉੱਤੇ ਗੱਲਬਾਤ ਹੁੰਦੀ ਰਹੀ ਹੈ ਕੈਨੇਡਾ ਇਸ ਗੱਲ ਤੋਂ ਬਹੁਤ ਜ਼ਿਆਦਾ ਖਫਾ ਸੀਗਾ ਕਿ ਕਿਵੇਂ ਕੈਨੇਡਾ ਦੀ ਧਰਤੀ ਨੂੰ ਖੁੱਲ੍ਹ ਕੇ ਯੂਜ਼ ਕੀਤਾ ਗਿਆ ਇੰਡੀਅਨ ਡਿਪਲੋਮੈਟਸ ਦੇ ਵੱਲੋਂ ਇੰਡੀਆ ਦੇ ਵੱਲੋਂ ਕੈਨੇਡਾ ਇਸ ਚੀਜ਼ ਤੇ ਬਹੁਤ ਜ਼ਿਆਦਾ ਨਾਰਾਜ਼ ਸੀਗਾ ਕਿ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਨੂੰ ਕੌਨਫਿਡੈਂਸ਼ੀਅਲਟੀ ਦੇ ਵਿੱਚ ਨਹੀਂ ਲਿਆ ਗਿਆ ਆਪਣੇ ਆਪ ਆਪ ਮੁਹਾਰੇ ਇਹਨਾਂ ਨੇ ਕੰਮ ਕਰਵਾਏ ਇਹ ਜਿਹੜੇ ਇਲੀਗਲ ਕੰਮ ਸੀਗੇ ਸੋ ਇਸ ਮੁੱਦੇ ਦੇ ਉੱਤੇ ਉਹ ਕਹਿੰਦੇ ਇਹ ਜਿਹੜੀ ਮੀਟਿੰਗ ਹੋਈ ਹੈ ਜੀ ਬ੍ਰਾਟਸਪ ਬਿਲਕੁਲ ਜੀ ਤਾਰਾਂ ਬਹੁਤ ਲੰਬੀਆਂ ਜਾਵੜੀਆਂ ਤੇ ਹੁਣ ਜਿਹੜਾ ਇਹ ਮੁੱਦਾ ਹੈਗਾ ਕੱਲਾ ਕੱਲਾ ਕੰਟਰੀ ਦੇ ਵਿੱਚ ਨਹੀਂ ਰਿਹਾ ਤਾਂ ਇੰਟਰਨੈਸ਼ਨਲ ਬਣ ਗਿਆ ਤੇ ਇੰਟਰਨੈਸ਼ਨਲ ਵੀ ਬਣਿਆ ਤੇ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਕੋਈ ਐਮਐਲਏ ਦਾ ਕੁਝ ਕਾਂਡ ਹੋਇਆ ਸੀਗਾ ਤੇ ਉਥੋਂ ਵੀ ਕੋਈ ਵਿਰੋਧ ਵਿਰਾਦ ਕਰ ਰਹੇ ਹੈਗੇ ਆ ਇਸ ਗਰੁੱਪ ਦਾ ਬਿਲਕੁਲ ਬੜ ਸਿ ਰਾਜ ਰਾਜਸਥਾਨ ਦੇ ਵਿੱਚ ਵੀ ਦਿਨ ਦਿਹਾੜੇ ਕਤਲ ਹੋਇਆ ਸੀਗਾ ਉਹਦੀ ਜ਼ਿੰਮੇਵਾਰੀ ਇਸ ਗਰੁੱਪ ਵੱਲੋਂ ਲੈ ਲਈ ਗਈ ਸੀ ਹੁਣ ਰੀਸੈਂਟਲੀ ਮਹਾਰਾਸ਼ਟਰ ਦੇ ਵਿੱਚ ਦਿਨ ਦਿਹਾੜੇ ਕਤਲ ਹੋਇਆ ਹੈ ਬਾਬਾ ਸਦੀਕੀ ਨਾਮ ਦਾ ਇੱਕ ਵੱਡਾ ਲੀਡਰ ਸੀਗਾ ਉਹਨੂੰ ਬਿਲਕੁਲ ਉਸੇ ਸਟਾਈਲ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਨਾਮਵਰ ਸਿੰਗਰ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਉਸੇ ਤਰੀਕੇ ਨਾਲ ਬਾਬਾ ਸੁਦੀਕੀ ਦੇ ਕੋਲੇ ਜਿਹੜੀ ਗੱਡੀ ਸੀ ਰੇਂਜ ਰੋਵਰ ਗੱਡੀ ਜਿਹੜੀ ਬੁਲਟ ਪ੍ਰੂਫ ਗੱਡੀ ਸੀਗੀ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਇਕੱਠੀ ਕਰਕੇ ਉਸ ਬੁਲਟ ਪ੍ਰੂਫ ਗੱਡੀ ਨੂੰ ਵੀ ਇੱਕ ਸਪੈਸ਼ਲ ਵੈਪਨ ਦੇ ਨਾਲ ਉਹਦੇ ਵਿੱਚ ਸੇਂਦਮਾਰੀ ਕੀਤੀ ਉਸ ਲੀਡਰ ਦਾ ਕਤਲ ਕਰ ਦਿੱਤਾ ਗਿਆ ਹੁਣ ਜਿਸ ਤਰੀਕੇ ਨਾਲ ਰਿਪੋਰਟਸ ਆ ਰਹੀਆਂ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਆਪਣਾ ਕੰਮ ਕਰਵਾ ਰਹੀ ਹੈ ਨਾਮ ਥਰਡ ਪਾਰਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਇਹ ਜਿਹੜੇ ਦੋਸ਼ ਲਾਏ ਜਾ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਵਨ ਬਾਲੀਵੁੱਡ ਦੇ ਵਿੱਚ ਵੀ ਮੈਂ ਦੇਖਿਆ ਇੱਕ ਬੜਾ ਨਾਮਵਰ ਡਾਇਰੈਕਟਰ ਹੈਗਾ ਬਲੱਟਸਬ ਉਹਨੇ ਨਾ ਤਰੀਕੇ ਦੇ ਨਾਲ ਇੱਕ ਆਰਟੀਕਲ ਹੀ ਛਾਪਿਆ ਹੋਇਆ ਉਹ ਕਹਿੰਦਾ ਇਹ ਚੀਜ਼ਾਂ ਤਾਂ ਸਾਡੀ ਸਮਝ ਤੋਂ ਪਰੇ ਨੇ ਇਹੋ ਜੀਆਂ ਤਾਂ ਅਸੀਂ ਕਦੀ ਫਿਲਮੀ ਕਹਾਣੀਆਂ ਵੀ ਨਹੀਂ ਲਿਖੀਆਂ ਜਿਸ ਤਰੀਕੇ ਨਾਲ ਸਾਰਾ ਕੁਝ ਵਾਪਰ ਰਿਹਾ ਕਿ ਕਿਵੇਂ ਇੱਕ ਬੰਦਾ ਜਿਹੜਾ ਪਹਿਲਾਂ ਲਾਇਰ ਹੋਵੇ ਬਾਅਦ ਵਿੱਚ ਉਹ ਗੈਂਗਸਟਰ ਬਣ ਜਾਂਦਾ ਬਾਅਦ ਵਿੱਚ ਲਗਾਤਾਰ ਉਹ ਕੰਮ ਕਰੀ ਜਾਂਦਾ ਹੈ ਕੈਨੋ ਸਰਕਾਰ ਦੀ ਗ੍ਰਿਫਤ ਦੇ ਵਿੱਚ 700 ਤੋਂ ਵੱਧ ਐਕਟਿਵ ਸ਼ੂਟਰੋ ਦੇ ਇੰਡੀਆ ਦੇ ਵਿੱਚ ਦੱਸੇ ਜਾ ਰਹੇ ਆ ਹੁਣ ਉਹਦੇ ਕਹਿਣ ਮੁਤਾਬਕ ਜੋ ਕੁਝ ਚੱਲ ਰਿਹਾ ਇਹ ਕਰਵਾ ਸਾਰਾ ਕੋਈ ਸਰਕਾਰ ਰਹੀ ਹੈ ਬਾਅਦ ਵਿੱਚ ਜਿਹੜੀ ਜ਼ਿੰਮੇਵਾਰੀ ਆ ਉਹ ਚੱਕ ਲੈਂਦਾ ਇਹਦੇ ਵਿੱਚ ਸਰਕਾਰ ਦਾ ਵੀ ਬੈਨੀਫਿਟ ਹੁੰਦਾ ਇਹਦੇ ਵਿੱਚ ਉਸ ਪਰਸਨ ਦਾ ਵੀ ਬੈਨੀਫਿਟ ਹੈਗਾ ਆਪਾਂ ਦੇਖਿਆ ਕਿਵੇਂ ਉਹਨੂੰ ਪਿਛਲੇ ਸਮੇਂ ਦੇ ਵਿੱਚ ਹੀਰੋ ਬਣਾਇਆ ਗਿਆ ਜੇਲ੍ਹਾਂ ਦੇ ਵਿੱਚੋਂ ਐਕਸਟਰਸ਼ਨ ਲੈਣ ਦਾ ਜਿਹੜਾ ਕਾਰੋਬਾਰ ਆ ਉਹਦਾ ਬਹੁਤ ਜ਼ਿਆਦਾ ਪੇਸ ਦੇ ਉੱਤੇ ਵਧਿਆ ਹੈ ਇਹ ਮੁੱਦਾ ਕੱਲ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖੈਰਾਹੋਰਾ ਨੇ ਵੀ ਚੱਕਿਆ ਜਿਵੇਂ આરਸੀਐਮਪੀ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਨਾਮ ਲਿਆ ਤਾਂ ਖੈਰਾਹੋਰਾ ਨੇ ਕਿਹਾ ਕਿ ਇਹ ਜੋ ਕੁਝ ਚੱਲ ਰਿਹਾ ਠੀਕ ਨਹੀਂ ਚੱਲ ਰਿਹਾ ਇਹ ਸਾਰਾ ਕੁਝ ਇਦਾਂ ਜਾਪ ਰਿਹਾ ਕਿ ਇੱਕ ਵੱਡੀ ਧਿਰ ਜਾਣਬੁੱਝ ਕੇ ਕਰਵਾ ਰਹੀ ਹੋਵੇ ਬਿਲਕੁਲ ਜੀ ਇਹ ਅਖਬਾਰਾਂ ਕਹਿ ਰਹੀਆਂ ਇਹ ਲੋਕ ਕਹਿ ਰਹੇ ਆ ਸਾਡਾ ਇਸ ਵਿੱਚ ਕੋਈ ਵੀ ਕਹਿਣਾ ਨਹੀਂ ਹੈਗਾ ਅਸੀਂ ਤਾਂ ਜੋ ਲੋਕਾਂ ਦੇ ਅਖਬਾਰਾਂ ਦੀਆਂ ਖਬਰਾਂ ਆ ਰਹੀਆਂ ਇਹ ਵੀ ਇੱਕ ਅਖਬਾਰ ਨੇ ਕਿਹਾ ਦੱਸਿਓ ਤੇ ਤੁਹਾਡੇ ਸਾਹਮਣੇ ਪੰਜਾਬੀ ਵਿੱਚ ਅਨੁਵਾਦ ਕਰ ਦਤਾਂ